ਦੇ ਮਾਡਲ ਦੇ ਨਾਲ ਕਿਸਾਨ 100% ਦੀ ਸੁਧਰੂਗੀ। ਇਹਦੇ ਵਿੱਚ ਇੱਕ ਪਹਿਲੂ, ਜੇ ਸੁਧਰਨ ਵਾਲੇ ਪਾਸੇ ਨੂੰ ਗੱਲ ਤੋਰੀ ਹੈ ਤਾਂ ਇਹਦੇ ਵਿੱਚ ਇੱਕ ਪਹਿਲੂ ਹੈ ਜਿਹੜਾ ਬਹੁਤ ਇੰਪੋਰਟੈਂਟ ਪਹਿਲੂ ਹੈ ਕਿ ਇਹ ਸਾਰਾ ਦਾ ਸਾਰਾ ਵਪਾਰ ਡਿਮਾਂਡ ਡਰਾਈਵਨ ਆ। ਸਾਡੀ ਸੋਚ ਕਦੇ ਵੀ ਆਪਣੇ ਲੈਵਲ ਤੇ ਡਿਵੈਲਪ ਨਹੀਂ ਹੋਊਗੀ। ਐਫ ਪੀ ਓ ਦੀ ਸੋਚ ਆਪਣੇ ਲੈਵਲ ਤੇ ਡਿਵੈਲਪ ਨਹੀਂ ਹੋਊਗੀ, ਉਹ ਖਪਤਕਾਰ ਦੀ ਹਰਦਮ ਭੋਖ ਕਰਦੇ ਰਹਿਣਗੇ। ਜਦੋਂ ਡਿਮਾਂਡ ਡਰਾਈਵਨ ਆਉਣਾ ਜੀ, ਕੋਈ ਗੱਲ ਵੀ ਅਸੀਂ ਕਰਾਂਗੇ, ਕਿਉਂਕਿ ਇਹ ਇੱਕ ਵਪਾਰਕ ਨਜ਼ਰੀਆ ਹੈ ਕਿ ਅਸੀਂ ਪ੍ਰੋਡਕਸ਼ਨ ਦਾ ਕੰਮ ਵੀ ਕਰਨਾ। ਸ਼ਹਿਦ ਵੇਚ ਸਕਦਾ ਜਾਂ ਹੋਰ ਪ੍ਰੋਡਕਟ ਵੇਚ ਸਕਦਾ ਤਾਂ ਕਿਸਾਨ। ਰਾਣਾ ਜੀ ਇਹ 'ਚ ਬੜੀ ਕਲੀਅਰ ਕੱਟ ਗੱਲ ਹੈ, ਜਦੋਂ ਅਸੀਂ ਪ੍ਰੋਡਕਸ਼ਨ ਦੇ ਐਕਸਪਰਟ ਹੋ ਗਏ, ਮਾਰਕੀਟਿੰਗ ਦੇ ਐਕਸਪਰਟ ਹੋ ਗਏ, ਪੈਸੇ ਦੀ ਦੇਖਭਾਲ ਦੇ ਐਕਸਪਰਟ ਹੋ ਗਏ ਤੇ ਹਿਊਮਨ ਰਿਸੋਰਸ ਦੇ ਐਕਸਪਰਟ ਹੋ ਗਏ, ਇਹੀ ਚਾਰ ਆਪਾਂ ਵੰਡੀਆਂ ਹੈ। ਕਿਸਾਨਾਂ ਦੇ ਵਿੱਚ ਕਿ ਅਸੀਂ ਆਪਣਾ ਪ੍ਰੋਡਕਟ ਨਾ ਤਾਂ ਵੇਚਦੇ ਹਾਂ, ਨਾ ਅਸੀਂ ਉਹਦੀ ਮਾਰਕੀਟਿੰਗ ਕਰਦੇ ਹਾਂ, ਨਾ ਅਸੀਂ ਉਹਦਾ ਬ੍ਰਾਂਡ ਕੋਈ ਬਣਾਉਂਦੇ ਹਾਂ, ਕਿਉਂਕਿ ਇਹਦੇ ਵਿੱਚ ਉਹ ਨਿਪੁੰਨਤਾ ਹਾਸਲ ਕਰਦੇ ਆ, ਰਿਟੇਲਿੰਗ ਦਾ ਕੰਮ ਵੀ ਆਪ ਕਰਦੇ ਆ, ਪ੍ਰੋਡਕਸ਼ਨ ਦਾ ਕੰਮ ਵੀ ਆਪ ਕਰਦੇ ਆ, ਕਿਉਂਕਿ ਉਹਦੇ ਵਿੱਚ ਜਦੋਂ ਕਿਸਾਨ ਆਗੂਆਂ ਦੇ ਨਾਲ ਗੱਲ ਹੁੰਦੀ ਹੈ ਥਿੰਦ ਸਾਹਿਬ, ਤਾਂ ਉਹ ਕਹਿੰਦੇ ਨੇ ਕਿ ਇਹ ਮੁਸ਼ਕਿਲ ਕੰਮ ਹੈ, ਇਹ ਸਰਕਾਰਾਂ ਤੇ ਨਿਰਭਰ ਹੈ।